ਭਿਆਨਕ ਸੜਕੀ ਹਾਦਸੇ ਦੇ ਵਿੱਚ ਪਿਓ ਪੁੱਤ ਦੀ ਦਰਦਨਾਕ ਮੌਤ ਹੋ ਗਈ। ਦੋਵੇਂ ਜਾਣੇ ਬਾਈਕ ਤੇ ਸਵਾਰ ਸੀ। ਸਵਿਫਟ ਕਾਰ ਦੇ ਵੱਲੋਂ ਜ਼ੋਰਦਾਰ ਟੱਕਰ ਮਾਰੀ ਗਈ ਔਰ ਇੱਕੋ ਹੀ ਝਟਕੇ ਦੇ ਵਿੱਚ ਇਹਨਾਂ ਪਿਓ ਪੁੱਤ ਦੀ ਜਾਨ ਚਲੀ ਗਈ। ਮੋਗਾ ਦੇ ਬੁੱਗੀਪੁਰ ਦੇ ਕੋਲ ਇਹ ਭਿਆਨਕ ਹਾਦਸਾ ਹੋਇਆ। ਦੋਵੇਂ ਪਿਓ ਪੁੱਤ ਬਾਈਕ ਤੇ ਸਵਾਰ ਹੋ ਕੇ ਪਸ਼ੂ ਦੇਖਣ ਲਈ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇਹ ਦਰਦਨਾਕ ਭਾਣਾ ਵਾਪਰ ਗਿਆ। ਸਵਿਫਟ ਕਾਰ ਦੇ ਵੱਲੋਂ ਜ਼ੋਰਦਾਰ ਟੱਕਰ ਮਾਰੀ ਗਈ ਔਰ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਹਰ ਪੱਖੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੋ ਪਿਓ ਪੁੱਤ ਪਸ਼ੂ ਦੇਖਣ ਦੇ ਲਈ ਜਾ ਰਹੇ ਸੀ ਬਾਈਕ ਤੇ ਸਵਾਰ ਹੋ ਕੇ ਤਾਂ ਸਵਿਫਟ ਕਾਰ ਦੇ ਵੱਲੋਂ ਜ਼ੋਰਦਾਰ ਟੱਕਰ ਮਾਰੀ ਗਈ ਔਰ ਇੱਕੋ ਹੀ ਝਟਕੇ ਦੇ ਵਿੱਚ ਇਹਨਾਂ ਦੋਵੇਂ ਪਿਓ ਪੁੱਤ ਦੀ ਦਰਦਨਾਕ ਮੌਤ ਹੋ ਗਈ। ਤਸਵੀਰਾਂ ਉਹਨਾਂ ਦੇ ਘਰ ਦੀਆਂ ਨੇ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮੋਗਾ ਦੇ ਪਿੰਡ ਬੁੱਗੀਪੁਰਾ ਦੇ ਕੋਲ ਇਹ ਭਿਆਨਕ ਹਾਦਸਾ ਹੋਇਆ। ਇਹ ਜੀ ਸਾਡੇ ਆਪਣੇ ਉਹਦੀ ਭੈਣ ਦੇ ਘਰ ਇੱਥੇ ਰਹਿੰਦੇ ਸੀਗੇ ਅੱਜ ਤੋਂ 18-20 ਸਾਲ ਤੋਂ ਪੁਰਾਣੇ। ਇੱਥੋਂ ਵਾਲਾ ਜਿਹੜਾ ਪਰਿਵਾਰ ਉਹ ਬਾਹਰ ਗਿਆ ਵਾ ਸੀਗਾ ਅਤੇ ਇੱਥੇ ਗਰੀਬ ਪਰਿਵਾਰ ਨਾਲ ਹੀ ਸੰਬੰਧਿਤ ਰੱਖਦੇ ਹੈ। ਅਤੇ ਕੱਲ੍ਹ ਕਿਤੇ ਇਹ ਆਪਦਾ ਇੱਥੇ ਕੋਈ ਗਾਂ ਵੇਖਣ ਗਏ ਸੀ, ਗਾਂ ਲੈਣੀ ਸੀਗੀ, ਚੋਣ ਗਏ ਸੀ ਉਹਨੂੰ। ਅਤੇ ਜਦੋਂ ਬੋਨਾ ਟੱਪ ਕੇ ਮੇਨ 'ਤੇ ਚੜ੍ਹੇ ਅਤੇ ਮੂਹਰੋਂ ਕਾਰ ਦੇ ਵਿੱਚ ਟਕਰਾ ਗਏ ਇਹ, ਅਤੇ ਦੋਨਾਂ ਦੀ ਪਿਓ ਪੁੱਤਾਂ ਦੀ ਮੌਤ ਹੋ ਗਈ ਉੱਥੇ। ਮੌਤ ਪਤਾ ਨਹੀਂ, ਬਸ ਇੱਧਰੋਂ ਤਾਂ ਜਦੋਂ ਪਿੰਡੋਂ ਤੁਰਿਆ 20 ਮਿੰਟਾਂ ਪਿੱਛੋਂ ਫੋਨ ਆ ਗਿਆ ਵੀ ਇਹਨਾਂ ਦੀ ਡੈਥ ਹੋ ਗਈ, ਕਾਰ ਟਕਰਾ ਗਈ ਇਹਨਾਂ 'ਚ। ਦੋਨਾਂ ਮੌਕੇ 'ਤੇ ਮੌਤ ਹੋ ਗਈ। ਪਿਓ ਪੁੱਤ ਸੀ ਦੋਵੇਂ, ਬੇਟੇ ਤੇ ਬੱਚੇ ਦੋ। ਮੇਰੇ ਪਸ਼ੂ ਦੇਖਣ ਚੱਲੇ ਸੀ ਘਰੋਂ, ਚੰਗੇ ਬਣੇ ਗਏ ਆ 5:30 ਵਜੇ। ਬਸ ਸਾਨੂੰ ਤਾਂ ਹੀ ਪਤਾ ਲੱਗਾ ਵੀ ਉੱਥੇ ਐਕਸੀਡੈਂਟ ਹੋਇਆ। ਜਦੋਂ ਜਾ ਕੇ ਦੇਖਿਆ ਉਹ ਹੈ ਹੀ ਨਹੀਂ ਸੀਗੇ ਮੇਰੇ। ਦੋ ਬੱਚੇ ਆ ਮੇਰੇ, ਬਾਡੀ ਮੇਕਰ ਤੇ ਲੱਗੇ ਹੋਏ ਸੀਗੇ। ਇੱਕ ਮੇਰਾ ਸਹੁਰਾ ਸੀ, ਸੱਸ ਸੀ, ਵੱਡਾ ਜਿਹੜਾ ਤਾਂ ਦਿੱਲੀ ਹੋਈ ਰਹਿੰਦਾ, ਅਸੀਂ ਮੋਗੇ ਰਹਿੰਦੇ ਸੀਗੇ ਕੰਮ ਕਰਦੇ ਕਰਕੇ, ਜਵਾਕ ਵੀ ਉੱਥੇ ਹੀ ਪੜ੍ਹਦੇ ਆ। ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਪਿਓ ਪੁੱਤ ਦੀ ਦਰਦਨਾਕ ਮੌਤ ਹੋ ਗਈ। ਦੋਵੇਂ ਜਾਣੇ ਬਾਈਕ ਤੇ ਸਵਾਰ ਸੀ। ਸਵਿਫਟ ਕਾਰ ਦੇ ਵੱਲੋਂ ਜ਼ੋਰਦਾਰ ਟੱਕਰ ਮਾਰੀ ਗਈ ਔਰ ਇੱਕੋ ਹੀ ਝਟਕੇ ਦੇ ਵਿੱਚ ਇਹਨਾਂ ਪਿਓ ਪੁੱਤ ਦੀ ਜਾਨ ਚਲੀ ਗਈ। ਮੋਗਾ ਦੇ ਬੁੱਗੀਪੁਰ ਦੇ ਕੋਲ ਇਹ ਭਿਆਨਕ ਹਾਦਸਾ ਹੋਇਆ। ਦੋਵੇਂ ਪਿਓ ਪੁੱਤ ਬਾਈਕ ਤੇ ਸਵਾਰ ਹੋ ਕੇ ਪਸ਼ੂ ਦੇਖਣ ਲਈ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇਹ ਦਰਦਨਾਕ ਭਾਣਾ ਵਾਪਰ ਗਿਆ। ਸਵਿਫਟ ਕਾਰ ਦੇ ਵੱਲੋਂ ਜ਼ੋਰਦਾਰ ਟੱਕਰ ਮਾਰੀ ਗਈ ਔਰ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਹਰ ਪੱਖੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੋ ਪਿਓ ਪੁੱਤ ਪਸ਼ੂ ਦੇਖਣ ਦੇ ਲਈ ਜਾ ਰਹੇ ਸੀ ਬਾਈਕ ਤੇ ਸਵਾਰ ਹੋ ਕੇ ਤਾਂ ਸਵਿਫਟ ਕਾਰ ਦੇ ਵੱਲੋਂ ਜ਼ੋਰਦਾਰ ਟੱਕਰ ਮਾਰੀ ਗਈ ਔਰ ਇੱਕੋ ਹੀ ਝਟਕੇ ਦੇ ਵਿੱਚ ਇਹਨਾਂ ਦੋਵੇਂ ਪਿਓ ਪੁੱਤ ਦੀ ਦਰਦਨਾਕ ਮੌਤ ਹੋ ਗਈ। ਤਸਵੀਰਾਂ ਉਹਨਾਂ ਦੇ ਘਰ ਦੀਆਂ ਨੇ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮੋਗਾ ਦੇ ਪਿੰਡ ਬੁੱਗੀਪੁਰਾ ਦੇ ਕੋਲ ਇਹ ਭਿਆਨਕ ਹਾਦਸਾ ਹੋਇਆ। ਇਹ ਜੀ ਸਾਡੇ ਆਪਣੇ ਉਹਦੀ ਭੈਣ ਦੇ ਘਰ ਇੱਥੇ ਰਹਿੰਦੇ ਸੀਗੇ ਅੱਜ ਤੋਂ 18-20 ਸਾਲ ਤੋਂ ਪੁਰਾਣੇ। ਇੱਥੋਂ ਵਾਲਾ ਜਿਹੜਾ ਪਰਿਵਾਰ ਉਹ ਬਾਹਰ ਗਿਆ ਵਾ ਸੀਗਾ ਅਤੇ ਇੱਥੇ ਗਰੀਬ ਪਰਿਵਾਰ ਨਾਲ ਹੀ ਸੰਬੰਧਿਤ ਰੱਖਦੇ ਹੈ। ਅਤੇ ਕੱਲ੍ਹ ਕਿਤੇ ਇਹ ਆਪਦਾ ਇੱਥੇ ਕੋਈ ਗਾਂ ਵੇਖਣ ਗਏ ਸੀ, ਗਾਂ ਲੈਣੀ ਸੀਗੀ, ਚੋਣ ਗਏ ਸੀ ਉਹਨੂੰ।
ਅਤੇ ਜਦੋਂ ਬੋਨਾ ਟੱਪ ਕੇ ਮੇਨ 'ਤੇ ਚੜ੍ਹੇ ਅਤੇ ਮੂਹਰੋਂ ਕਾਰ ਦੇ ਵਿੱਚ ਟਕਰਾ ਗਏ ਇਹ, ਅਤੇ ਦੋਨਾਂ ਦੀ ਪਿਓ ਪੁੱਤਾਂ ਦੀ ਮੌਤ ਹੋ ਗਈ ਉੱਥੇ ਮੌਤ। ਪਤਾ ਨਹੀਂ ਬਸ ਇੱਧਰੋਂ ਤਾਂ ਜਦੋਂ ਪਿੰਡੋਂ ਤੁਰਿਆ 20 ਮਿੰਟਾਂ ਪਿੱਛੋਂ ਫੋਨ ਆ ਗਿਆ ਵੀ ਇਹਨਾਂ ਦੀ ਡੈਥ ਹੋ ਗਈ, ਕਾਰ ਟਕਰਾ ਗਈ ਇਹਨਾਂ 'ਚ, ਦੋਨਾਂ ਮੌਕੇ 'ਤੇ ਮੌਤ ਹੋ ਗਈ। ਪਿਓ ਪੁੱਤ ਸੀ ਦੋਵੇਂ, ਬੇਟੇ ਤੇ ਬੱਚੇ ਦੋ। ਮੇਰੇ ਪਸੂ ਦੇਖਣ ਚੱਲੇ ਸੀ ਘਰੋਂ, ਚੰਗੇ ਭਰੇ ਗਏ ਆ 5:30 ਵਜੇ, ਬਸ ਸਾਨੂੰ ਤਾਂ ਹੀ ਪਤਾ ਲੱਗਾ ਵੀ ਉੱਥੇ ਐਕਸੀਡੈਂਟ ਹੋਇਆ, ਜਦੋਂ ਜਾ ਕੇ ਦੇਖਿਆ ਉਹ ਹੈ ਹੀ ਨਹੀਂ ਸੀਗੇ ਮੇਰੇ, ਦੋ ਬੱਚੇ ਆ ਮੇਰੇ, ਬਾਡੀ ਮੇਕਰ 'ਤੇ ਲੱਗੇ ਹੋਏ ਸੀਗੇ। ਇੱਕ ਮੇਰਾ ਸਹੁਰਾ ਸੀ, ਸੱਸ ਸੀ, ਵੱਡਾ ਜਿਹੜਾ ਤਾਂ ਦਿੱਲੀ ਹੋਈ ਰਹਿੰਦਾ, ਅਸੀਂ ਮੋਗੇ ਰਹਿੰਦੇ ਸੀਗੇ ਕੰਮ ਕਰਦੇ ਕਰਕੇ, ਜਵਾਕ ਵੀ ਉੱਥੇ ਹੀ ਪੜ੍ਹਦੇ ਆ।